ਟਰੈਕਟਰ ਆ ਗਿਆ, ਇਹ ਦੀ ਗਰਾਰੀ ਆ ਗਈ ਜੀ, ਇਹ ਛੋਟੀ ਗਰਾਰੀ, ਆਹ ਪੁਲੀ ਆ ਗਈ ਵਿੱਚ, ਪੁਲੀ ਚੈਨ ਆ ਗਈ ਜੀ, ਆਹ ਇਹਦਾ ਕੈਬਨ ਆ ਗਿਆ ਜੀ, ਮਸ਼ੀਨ ਵੇਖ ਲਓ 2018 ਮਾਡਲ ਆ ਜੀ ਭਾਈ ਜੀ, ਇੰਜਨ ਹੈ ਜੀ ਮਰਸਰੀ ਦਾ, ਇੰਜਨ ਇਹਦਾ ਮਾਸ਼ਾਅੱਲਾ ਜ਼ਬਰਦਸਤ ਕਿਸਮ ਦਾ, ਠੀਕ ਹੈ। ਪਹਿਲੇ ਇੱਧਰ ਬੈਕ ਸਾਈਡ 'ਤੇ ਜੀ ਤੁਹਾਨੂੰ ਸਾਜ ਜੀ ਦਿਖਾਈ ਆ ਦੇਖੋ, ਇਹ ਮਸ਼ੀਨ 2018 ਮਾਡਲ ਆ, ਇਹ 2017 ਮਾਡਲ ਆ, ਪਹਿਲੇ ਇੱਕ ਮਸ਼ੀਨ ਲਈ, ਫਿਰ ਦੋ ਲਈਆਂ, ਫਿਰ ਤਿੰਨ ਲਈਆਂ, ਫਿਰ ਚਾਰ ਲਈਆਂ, ਅਲਹਮਦੁਲਿਲਾ ਇਸ ਟਾਈਮ ਚਾਰ ਮਸ਼ੀਨਾਂ, ਇੱਕ ਸੈਲ ਵਾਲੀ ਮਸ਼ੀਨ ਮੇਰੇ ਕੋਲ, ਠੀਕ ਹੈ ਜੀ। ਭਾਈਜਾਨ ਇਸ ਮਸ਼ੀਨ ਦਾ ਬਹੁਤ ਅੱਛਾ ਰਿਜ਼ਲਟ ਹੈ ਮਾਸ਼ਾਅੱਲਾ, ਇਹ ਸੈਲੇਜ ਮਸ਼ੀਨ ਆ, ਮੱਕੀ ਵਾਲੀ ਮਸ਼ੀਨ ਹੈ ਵਾਲੀ, ਸੈਲੇਜ ਵਾਲੀ ਕੰਮ 'ਤੇ ਗਈ ਆ। ਉੱਧਰ ਇਹਦਾ ਕਟਰ ਹੈਗਾ, ਟਾਇਰ ਵੇਖੋ 31 mm 'ਚ, ਟਾਇਰ 31 mm, ਗਰਾਰੀ 26 ਵਾਲੀ ਹੈ ਭਾਈ ਜੀ, ਠੀਕ ਹੋ ਗਿਆ ਜੀ। ਇਹਦਾ ਟਾਇਰ ਵੇਖੋ ਮਾਸ਼ਾਅੱਲਾ, ਇਹ ਮਸ਼ੀਨ 2017 ਮਾਡਲ ਆ, ਜਾਣੇ ਕਿ ਰੀਕਮਿਸ਼ਨ ਪ੍ਰੋਸੈਸ ਕੀਤੀ 12 ਚੈਨਾਂ 'ਚ। ਗਰਾਰੀ, ਚੈਨ, ਪੁਲੀ, ਸ਼ਾਵਟ, ਇਹ 600 ਇੰਜਨ, ਯਾਨੀ ਕਿ 6 ਸਿਲੰਡਰ ਇੰਜਨ, 6 ਸਿਲੰਡਰ, ਠੀਕ ਹੋ ਗਿਆ ਜੀ। ਆਇਲ ਟੈਂਕੀ, ਤੇਲ ਟੈਂਕੀ, ਇਹਦੇ ਟਾਇਰ 31 mm, ਇਹਦੇ ਪੈਪ, ਹਾਊਸ ਪੈਪ, ਇਹਦੇ ਲੈਡੀਟਰ ਦਾ ਪੈਪ, ਇਹਦੇ ਏਸੀ ਦਾ ਪੈਪ, ਅੱਗੇ ਆਓ ਜੀ। ਇਹਦਾ ਕਟਰ ਦੇਖੋ ਕਿੱਡਾ ਜ਼ਬਰਦਸਤ ਕਿਸਮ ਦਾ, ਮਕੈਨੀਕਲ, ਗਰਾਰੀ, ਚੈਨ, ਹਰ ਚੀਜ਼, ਇੱਥੋਂ ਟਾਂਡਾ ਚੁੱਕਦੀ ਹੈ, ਕ੍ਰੈਸ਼ ਕਰਕੇ ਚੱਲ ਜਾਂਦੀ ਹੈ, ਉੱਤੋਂ ਅੱਗੇ ਫਿਰ ਅੱਗੇ ਪਿੱਛੇ ਟਾਂਡਾ ਥੱਲੇ ਚੱਲ ਜਾਂਦਾ, ਉੱਤੇ ਜਿਹੜੀ ਛੱਲੀ ਆ ਜਾਂਦੀ ਹੈ ਟੋਪ ਆ।